ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਉੱਤੇ ਆਰੋਪ ਲਗਾ ਰਹੀਆਂ ਹਨ। ਕੁਝ ਦਿਨ ਪਹਿਲਾਂ ਵਿਕਰਮਜੀਤ ਮਨਜੀਠੀਆ ਦੁਆਰਾ ਮਨਜੀਠਾ ਹਲਕੇ ਦੇ ਉਮੀਦਵਾਰਾਂ ਨੂੰ ਡਰੋਨ ਧਮਕਾਉਣ ਦੇ ਆਰੋਪ ਲਗਾਏ ਗਏ ਅਤੇ ਇਸ ਸੰਬੰਧ ਵਿੱਚ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦਾ ਜਵਾਬ ਦਿੰਦਿਆਂ ਕਾਂਗਰਸ ਪਾਰਟੀ ਦੇ ਸੁਖਵਿੰਦਰ ਸਿੰਘ ਲਾਲੀ ਮਨਜੀਠੀਆ ਨੇ ਕਿਹਾ ਕਿ ਵਿਕਰਮਜੀਤ ਮਨਜੀਠੀਆ ਉਨ੍ਹਾਂ ਉੱਪਰ ਬੇਬੁਨਿਆਦੀ ਇਲਜ਼ਾਮ ਲਗਾ ਰਿਹਾ ਹੈ ਅਤੇ ਗੱਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸੇ ਨਾਲ ਬੇਇਨਸਾਫੀ ਨਹੀਂ ਕਰੇਗੀ। ਜੋ ਦੋਸ਼ੀ ਹੋਵੇਗਾ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਜੀ ਵਿਕਰਮ ਸਿੰਘ ਨੇ ਕੁਛ ਇਲਜ਼ਾਮ ਲਾਏ ਸੀ ਜਿਹੜੇ ਸਿਰਫ ਤੇ ਸਿਰਫ ਉਹਨੇ ਆਪਣੀ ਸ਼ਾਖਾ ਨੂੰ ਬਚਾਉਣ ਦੇ ਲਈ, ਕਿਉਂਕਿ ਉਹਨੂੰ ਇਸ ਵੇਲੇ ਹਾਰ ਜਿਹੜੀ ਆ ਉਹ ਸਿੱਧੀ ਨਜ਼ਰ ਆ ਰਹੀ ਆ, ਉਹਦੇ ਕਰਕੇ ਉਹ ਮੇਰੇ ਪਰਿਵਾਰ 'ਤੇ ਸਦਾ ਦੀ ਤਰ੍ਹਾਂ ਪਹਿਲਾਂ ਤਾਂ ਗਲਤ ਕੇਸ ਇਹਨੇ ਬਣਾਏ ਸੀਗੇ ਅਤੇ ਹੁਣ ਵੀ ਜਿਹੜਾ ਆ ਉਹ ਸਾਰਾ ਇਸ ਤਰ੍ਹਾਂ ਦਾ ਇਹਨੇ ਫਸਾਡ ਕੀਤਾ, ਜੰਡਿਆਲੇ ਧਰਨਾ ਦਿੱਤਾ ਜਦੋਂ ਕਿ ਉਹ ਏਰੀਆ ਜਿਹੜਾ ਉਹ ਪੈਂਦਾ ਆ ਮੱਤੇਵਾਲ ਪੁਲਿਸ ਸਟੇਸ਼ਨ ਦੇ ਅੰਡਰ, ਔਰ ਜੇ ਇਹਨੇ ਧਰਨਾ ਦੇਣਾ ਸੀ ਤਾਂ ਮੱਤੇਵਾਲ ਦਿੰਦਾ ਜਾਂ ਇੱਧਰ SSP ਆਫਿਸ ਦੇ ਬਾਹਰ ਦਿੰਦਾ, ਉਹ ਤਾਂ ਇਹਨੇ ਕੀਤਾ ਨਹੀਂ। ਪਰ ਜ਼ਰੂਰ ਇਹਨੇ ਕਰਤਾ ਕਿ ਇਹ ਜਿਹੜਾ ਆ ਇਹਨੂੰ ਇਸ ਗੱਲ ਦਾ ਵੀ ਨਹੀਂ ਪਤਾ ਵੀ ਉਹ ਵਾਕਿਆਤ ਕਿੱਥੋਂ ਦਾ, ਅਤੇ ਉਹਦੇ 'ਚ ਜਿਹੜੇ ਗਲਤ ਜਿਹੜੇ ਆ ਨਾ ਇਨਵੋਲਵ ਕਰਕੇ ਸਾਡੇ ਸਾਥੀਆਂ ਨੂੰ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਬੇਸਿਕਲੀ ਇਹ ਡਰ ਰਿਹਾ ਗੁਰੂ ਦੀ ਬੇਅਦਬੀ ਤੋਂ, ਔਰ ਜਿਹੜੀਆਂ ਇਹਨੇ ਨਸ਼ੇ ਦਾ ਛੇਵਾਂ ਦਰਿਆ ਵਗਾ ਛੱਡਿਆ ਇਹਦੇ ਤੋਂ ਡਰਦੇ। ਇਹ ਸਾਰਾ ਕੁਛ ਜਿਹੜਾ ਆ ਇਹਦਾ ਆਪਣਾ ਕਨਕੋਕਟ ਕੀਤਾ ਆ, ਬਲਕਿ ਪੁਲਿਸ ਆਫਿਸਰਸ ਨੇ ਕਿਹਾ ਕਿ ਵੀ ਜਦੋਂ ਇਹ ਮੰਨ ਗਿਆ ਕਿ ਮੈਂ ਅੱਜ ਤੋਂ ਬਾਅਦ ਨਹੀਂ ਜਿਹੜਾ ਉਹ ਜਾਊਂਗਾ ਮਜੀਠੇ ਹਲਕੇ 'ਚ ਨਹੀਂ ਵੜੂੰਗਾ ਜਦੋਂ ਤੱਕ ਇਲੈਕਸ਼ਨ ਹੈ, ਕਿਉਂਕਿ ਰਵੀ ਸਿੱਧੂ ਉਹੀ ਬੰਦਾ ਜਿਹੜਾ ਆਪਣੇ ਆਪ ਨੂੰ ਵਿਕਰਮ ਸਿੰਘ ਦਾ ਮਾਸੀ ਦਾ ਲਟਕਾ ਕੇ ਪਤਾ ਨਹੀਂ ਕਜ਼ਨ ਖਵਾਉਂਦਾ, ਅਤੇ ਇਹ ਉਹੀ ਹੈ ਜਿਹਨੇ ਪਹਿਲੇ ਇਲੈਕਸ਼ਨ 'ਚ ਅਸੈਂਬਲੀ ਇਲੈਕਸ਼ਨ 'ਚ ਵੀ ਪੈਸੇ ਵੰਡੇ ਸੀ। ਸੋ ਇਹ ਬੇਸਿਕਲੀ ਇਹ ਸਾਰਾ ਕੁਛ ਜਿਹੜਾ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਆਪਣੇ ਗਲਤ ਐਕਸ਼ਨਸ ਨੂੰ ਕਿਵੇਂ ਜਸਟੀਫਾਈ ਕਰਨਾ ਅਤੇ ਆ ਜਿਹੜੇ ਹਾਰ ਰਹੇ ਇਲੈਕਸ਼ਨ ਇਹਨਾਂ ਤੋਂ ਕਿਵੇਂ ਬਚਣਾ। ਨਹੀਂ ਦੇਖੋ ਮੇਰੇ ਭਤੀਜੇ ਦਾ ਅੱਗੇ ਉਹਦੇ 'ਤੇ ਵੀ ਇਹਨੇ ਉਦੋਂ 10 ਕੇਸ ਮੇਰੇ ਖਿਆਲ 'ਚ ਪਾਏ ਹੋਣੇ ਆ, ਔਰ ਦੂਜਿਆਂ 'ਤੇ ਵੀ ਸਾਡੇ ਹਲਕੇ ਦੇ ਵਿੱਚ ਹੀ 500 ਕੇਸ ਸੀ ਉਹਨਾਂ ਦਾ। ਉਹ ਜਿਹੜਾ ਪ੍ਰੋਸੈਸ ਆ ਮਹਿਤਾਬ ਸਿੰਘ ਕਮਿਸ਼ਨ ਦੇ ਕੋਲ ਆ ਅਤੇ ਉਹ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਉਹਨਾਂ ਕੋਲ ਆ, ਔਰ ਨਾਲ ਦੀ ਨਾਲ ਆ ਜਿਹੜਾ ਐਂਗਲ ਆ ਇਹ ਬਾਕੀ ਸਾਰੇ ਬੱਚੇ ਜਿਹੜੇ ਨਾਲ 3 ਦੂਸਰੇ ਵੀ ਨੇ ਇਹ ਸਾਰੇ ਦੇ ਸਾਰੇ ਇਹਨੇ ਗਲਤ ਪਾਏ। ਇਹਦਾ ਇਹ ਜੀ ਸਰਕਾਰ ਸਾਡੀ ਸਰਕਾਰ ਆ ਉਹ ਤਾਂ ਜਿਹੜਾ ਸਾਡੇ ਵਾਲਾ ਪੱਖ ਵੀ ਆ ਉਹ ਜੋ ਕਾਨੂੰਨ ਬਣਦਾ ਉਹ ਹੋਊਗਾ, ਉਹ ਅਗਲੇ ਦਿਨਾਂ 'ਚ ਭਾਵੇਂ ਤੁਹਾਡੇ ਸਾਹਮਣੇ ਆ ਜਾਊ।